ਹਾਂਜੀ ਭਾਜੀ, ਅੱਜ ਕਿਹੜੀ ਖੁਸ਼ੀ ਲੱਡੂ ਵੰਡ ਰਹੇ ਹੋ? ਭਾਜੀ ਅੱਜ ਮੌਕਾ ਹੀ ਕੁਛ ਐਸਾ, 3 ਸਾਲ ਹੋ ਚੁੱਕੇ ਆ ਲੁਧਿਆਣੇ ਦਾ ਜਗਰਾਓ ਬ੍ਰਿਜ ਬੰਦ ਕੀਤਾ ਹੋਇਆ ਸਰਕਾਰ ਨੇ ਰਿਪੇਅਰ ਦੇ ਕਾਰਨ। ਅੱਜ ਆਲਮੋਸਟ 3 ਸਾਲ ਪੂਰੇ ਹੋ ਚੁੱਕੇ ਆ, ਉਸ ਖੁਸ਼ੀ ਤੇ ਲੱਡੂ ਵੰਡ ਰਹੇ ਆ। ਸਾਰੇ ਲੁਧਿਆਣੇ ਖੁਸ਼ੀ ਦੀ ਲਹਿਰ ਹੈ ਇਸ ਗੱਲ ਤੇ। ਹੁਣ ਤੁਸੀਂ ਲੋਕ ਸੋਚਦੇ ਹੋਵੋਗੇ ਵੀ ਕਿਹੋ ਜਿਹੇ ਪਾਗਲ ਨੇ ਵੀ ਪੁੱਲ ਬੰਦ ਹੈ ਤੇ ਖੁਸ਼ੀ ਦੀ ਲਹਿਰ ਕਿਵੇਂ? ਉਹ ਮਾਲਕੋ ਸੱਚੀ ਖੁਸ਼ੀ ਦੀ ਲਹਿਰ ਹੈ, ਤੁਸੀਂ ਦੇਖਿਓ। ਤੁਹਾਨੂੰ ਮੈਂ ਲੁਧਿਆਣੇ ਦੇ ਵਾਸੀਆਂ ਤੋਂ ਪੁੱਛਦਾ ਤੇ ਉਹ ਦੱਸਣਗੇ ਕਿ ਉਹ ਖੁਸ਼ੀ ਦੀ ਲਹਿਰ ਹੈ। ਹਾਂਜੀ ਭਾਜੀ, ਤੁਹਾਨੂੰ ਕਿਵੇਂ ਲੱਗ ਰਿਹਾ? 3 ਸਾਲ ਹੋ ਗਏ ਸਰਕਾਰ ਨੇ ਪੁੱਲ ਬੰਦ ਕੀਤਾ ਹੋਇਆ, ਕਹਿੰਦੇ ਰਿਪੇਅਰ ਹੋ ਰਹੀ ਹੈ, 3 ਸਾਲ ਤੋਂ ਰਿਪੇਅਰ ਹੀ ਚੱਲੀ ਜਾ ਰਹੀ ਹੈ ਜੀ। ਭਾਜੀ ਮੈਂ ਬਾਹਰ ਆਏ ਗੱਲ ਕਰਦਾ, ਇੱਥੇ ਕਿਹੜਾ ਜਾਮ ਖੁੱਲ ਜਾਣਾ ਹੈ? ਹਾਂਜੀ ਹਾਂਜੀ, ਆਰਾਮ ਨਾਲ ਨਹੀਂ, 5-6 ਘੰਟੇ ਆ ਜੀ, ਆਰਾਮ ਨਾਲ ਇੱਥੇ ਆ ਕੇ ਪਹਿਲ ਦੇ ਗੱਲ ਕਰ ਲੈਂਦੇ ਹਾਂ। ਹਾਂਜੀ, ਮੈਂ ਤਾਂ ਜੀ ਇਸ ਚਤਰਾਓ ਭੂ ਦੇਵਤਾ ਦਾ ਭਾਜੀ ਇੰਨਾ ਕੁ ਜ਼ਿਆਦਾ ਧੰਨਵਾਦੀ ਹਾਂ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ, ਪਿਛਲੇ ਨਾ 3 ਸਾਲ ਤੋਂ ਪਹਿਲਾਂ ਮੇਰੀ ਵਾਈਫ ਨਾਲ ਕਾਫੀ ਡਿਫਰੈਂਸਿਸ ਹੋ ਚੁੱਕੇ। ਅੱਛਾ ਜੀ। ਉਹ ਮੇਰੇ ਤੇ ਬਾਰ ਬਾਰ ਇਲਜ਼ਾਮ ਲਾਉਂਦੀ ਸੀ ਕਿ ਮੈਂ ਕਦੇ ਉਹਨਾਂ ਨੂੰ ਮੂਵੀ ਨਹੀਂ ਦਿਖਾਉਂਦਾ, ਕਦੇ ਉਹਨਾਂ ਨਾਲ ਟਾਈਮ ਨਹੀਂ ਸਪੈਂਡ ਕਰਦਾ। ਬਸ ਫੇਰ ਕੀ ਸੀ ਜੀ, ਅਚਰਾਉਂਦੇ ਵਾਲਿਆਂ ਨੇ ਸਾਡੇ ਉੱਤੇ ਕਿਰਪਾ ਕੀਤੀ। ਅਸੀਂ ਇੱਧਰ ਆਉਂਦੇ ਸੀਗੇ ਜੀ, ਰੋਜ਼ ਅਸੀਂ ਕਿਤੇ ਕੰਮ ਜਾਣਾ ਹੁੰਦਾ ਸੀ, ਗਰਾਊਂਡ ਤੋਂ ਆਉਣਾ ਪੈਂਦਾ ਸੀ। ਅਸੀਂ ਜਦੋਂ ਇੱਥੇ ਆਉਂਦੇ ਸੀ, ਇੱਥੇ 5-6 ਘੰਟੇ ਜਾਮ ਲੱਗਦਾ ਸੀ। ਅਸੀਂ ਇਕੱਠੇ ਹੀ ਗੱਡੀ ਦੇ ਵਿੱਚ ਬੈਠ ਕੇ 2-3 ਦਿਨ ਮੂਵੀ ਨੈਟਫਲਿਕਸ ਦੇਖਦੇ ਸੀ, ਆਪਸ ਵਿੱਚ ਗੱਲਾਂ ਕਰਦੇ ਸੀ, ਸਰਕਾਰ ਦੇ ਗੁਣ ਗਾਉਂਦੇ ਸੀ। ਅੱਜ ਅਸੀਂ ਸਾਡੀ ਬਹੁਤ ਵਧੀਆ ਮੈਰਿਜ ਨਿਭ ਰਹੀ ਹੈ ਜੀ। ਮੈਂ ਤਾਂ ਇਸ ਚਕਰਾਓ ਭੂ ਦੇਵਤਾ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਦੇਖੋ ਜੀ, ਘਰ ਵੀ ਜੁੜ ਗਏ, ਹੋਰ ਸਰਕਾਰ ਤੁਹਾਨੂੰ ਕੀ ਦੇ ਦੇਵੇ? ਤੁਹਾਡੇ ਘਰਾਂ ਚ ਵੀ ਡਿਫਰੈਂਸਿਸ ਨਹੀਂ ਪੈਣ ਦੇ ਵੀ ਸਰਕਾਰ? ਭਾਈਆ ਤੂੰ ਲੱਗਦਾ ਜੀ, ਕੈਸੇ ਹੋ? ਵਧੀਆ ਜੀ। ਭਾਈਆ ਤੂੰ ਲੱਗਦਾ ਲੱਗੇ ਹੋ? ਹਮ ਯਹਾਂ ਬਹੁਤ ਜੀ, ਰੋਜ਼ ਕਿਆ ਨਾਮ ਹੈ, ਪੋਲਟਰੀ ਸਪਲਾਈ ਕਰਤੇ ਹੈ ਤੇ ਪਾਣੀ ਤੇ ਪੋਪਕੋਰਨ। ਲੋਕ ਯਹਾਂ ਪੇ ਆਤੇ ਹੈ, ਕਾਫੀ ਗਰਮੀ ਹੋਤੀ ਹੈ ਤੋ ਕਿਆ ਨਾਮ ਹੈ, ਪੋਲਟਰੀ ਪਾਣੀ ਪੂਰੀ ਤਰ੍ਹਾਂ ਕਰਤੀ ਹੈ। ਪਿਛਲੇ 3 ਸਾਲੋਂ ਸੇ ਹਮ ਯਹੀ ਕਾਮ ਕਰ ਰਹੇ ਹੈਂ। ਵਧੀਆ ਚੱਲ ਰਿਹਾ ਹੈ, ਬਹੁਤ ਵਧੀਆ ਕਾਮ ਚੱਲ ਰਿਹਾ। ਹਮ ਤੋ ਯਹੀ ਕਹਤੇ ਹੈ ਕਿ ਮੁਗਲਾਰੇ ਸਾਰੇ ਪੰਜਾਬੀ ਤਰ੍ਹਾਂ ਹੋਂਗੇ, ਕਿਸੇ ਕਾਮ ਨਾਮ ਹੈ। ਦੇਖੋ ਜੀ, ਸਰਕਾਰ ਨੇ ਇੰਪਲੋਇਮੈਂਟ ਵੀ ਦੇ ਦਿੱਤੀ, ਸਰਕਾਰ ਨੇ ਘਰ ਦੇ ਕਿਹੜੇ ਝਗੜੇ ਨੇ ਲੜਾਈ ਉਹ ਵੀ ਹੱਲ ਕਰਾ ਦਿੱਤੇ। ਹਾਂਜੀ ਭਾਜੀ, ਆਪਣੇ ਵੀ ਕੰਮ ਹੈ ਜੀ, ਡੀਜ਼ਲ ਇੱਕ ਭਰਾ ਪੈਟਰੋਲ ਇੱਕ ਭਰਾ ਡੀਜ਼ਲ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਕੰਮ ਹੈ ਭਾਜੀ, ਵਧੀਆ ਪੁੱਲ ਬਣ ਨਹੀਂ ਰਿਹਾ, ਜਾਮ ਲੱਗੀ ਰਹਿੰਦਾ, ਲੋਕਾਂ ਨੂੰ ਪੈਟਰੋਲ ਡੀਜ਼ਲ ਦੀ ਲੋੜ ਪੈਂਦੀ ਹੈ। ਆਪਾਂ ਤਾਂ ਕਹਿੰਦੇ 10 ਸਾਲ ਹੋਰ ਦਾ ਪੁੱਲ ਬਣੇ, ਜਦੋਂ ਲੋੜ ਪੈਂਦੀ ਨਾਲ ਹੀ ਆਪਾਂ ਪੈਟਰੋਲ ਦੀ ਪੁੱਲ ਲਗਵਾਉਂਦੇ। ਦੇਖੋ ਜੀ, ਕਿੰਨੀ ਜ਼ਿਆਦਾ ਖੁਸ਼ੀ, ਜਗਰਾਓ ਪੁੱਲ 3 ਸਾਲ ਤੋਂ ਰਿਪੇਅਰ ਹੀ ਹੋਈ ਜਾ ਰਿਹਾ ਹੈ, ਲੋਕਾਂ ਨੂੰ ਰੋਜ਼ਗਾਰ ਮਿਲ ਗਿਆ, ਡਿਫਰੈਂਸਿਸ ਫੈਮਿਲੀ ਵਾਲੇ ਠੀਕ ਹੋ ਗਏ, ਸਭ ਕੁਝ ਸੈਟਿੰਗ ਵਧੀਆ ਚੱਲ ਰਹੀ ਹੈ। ਪਰ ਇੱਕ ਬਹੁਤ ਹੀ ਬੇਸ਼ਰਮੀ ਵਾਲੀ ਗੱਲ ਸਰਕਾਰ ਦੀ, 3 ਸਾਲ ਤੋਂ ਰਿਪੇਅਰ ਹੀ ਹੋਈ ਜਾ ਰਿਹਾ ਹੈ। ਲੋਕਲ MP ਸਾਹਿਬ ਸੁਣ ਦਿੰਦੇ ਨੇ ਸੈਂਟਰ ਤੇ ਵੀ ਸੈਂਟਰ ਤੋਂ ਫੰਡ ਨਹੀਂ ਆਉਂਦੇ, ਸੈਂਟਰ ਵਾਲੇ ਕਹਿੰਦੇ ਅਸੀਂ ਭੇਜੇ ਹੋਏ ਆ, ਇੱਥੇ ਕੁਛ ਨਹੀਂ ਹੁੰਦਾ। ਜਦੋਂ ਇਲੈਕਸ਼ਨਾਂ ਆਉਂਦੀਆਂ ਉਹਦੇ ਨੇੜੇ ਆ ਕੇ ਜ਼ਰੂਰ 2-4 ਫੋਟੋਆਂ ਜ਼ਰੂਰ ਪੈਂਦੀਆਂ ਅਖਬਾਰਾਂ ਲੋਕਲ ਨੁਮਾਇੰਦਿਆਂ ਦੀਆਂ ਵੀ ਅਸੀਂ ਜੀ ਗੁੱਸਾ ਕਰ ਰਹੇ ਹਾਂ, ਠੇਕੇਦਾਰ ਨੂੰ ਕਰ ਰਹੇ ਹਾਂ, ਹੋਇਆ ਹਜੇ ਕੁਛ ਨਹੀਂ। ਉਮੀਦ ਕਰਦੇ ਹਾਂ ਜਲਦੀ ਹੀ ਕੋਈ ਨਾ ਕੋਈ ਹੱਲ ਕੀਤਾ ਜਾਏਗਾ। ਜਗਰਾਓ ਬ੍ਰਿਜ ਲੁਧਿਆਣੇ ਦੇ ਲੋਕਾਂ ਲਈ ਪਾਰਟ ਐਂਡ ਪਾਰਸਲ ਹੈ ਲਾਈਫ ਦਾ, ਜੋ ਯੂਜ਼ ਹੁੰਦਾ ਹੈ ਜਗਰਾਓ ਉੱਥੇ ਜਾਣ ਲਈ, ਦਿੱਲੀ ਜਾਣ ਲਈ, ਜਲੰਧਰ ਜਾਣ ਲਈ। ਉਮੀਦ ਕਰਦੇ ਹਾਂ ਜਲਦੀ ਇਹਦਾ ਹੱਲ ਕੀਤਾ ਜਾਏਗਾ ਅਤੇ ਅੱਗੇ ਤੋਂ ਇੱਦਾਂ ਹੀ ਦਿੱਕਤ ਨਹੀਂ ਆਏਗੀ ਅਤੇ ਰਿਪੇਅਰ ਦੇ ਮੰਗ ਜਲਦੀ ਹੋਏਗਾ। ਕੋਈ 1-2 ਮਹੀਨੇ ਟਾਈਮ ਹੁੰਦਾ ਹੈ, ਥੋੜ੍ਹਾ ਵੀ ਸਾਲਾਂ ਸਾਲ ਚੀਜ਼ ਜਾਣਾ, ਹਜੇ ਵੀ ਕੁਛ ਨਹੀਂ ਜਾਣਾ, ਕੀ ਦੇਖ ਸਕਦੇ ਹੋ ਕਿੰਨਾ ਟੁੱਟਿਆ ਪਿਆ ਤਾਂ ਹਜੇ ਕੁਛ ਨਹੀਂ, ਇੱਕੋ ਸਾਈਡ ਚੱਲ ਰਹੀ ਹੈ, ਸਾਰਾ ਟ੍ਰੈਫਿਕ ਆਉਣ ਜਾਣ ਉੱਧਰੋਂ ਹੋ ਰਿਹਾ, ਰੋਜ਼ ਜਾਮ ਲੱਗਦੇ ਆ ਜੀ ਇੱਥੇ। ਉਮੀਦ ਕਰਦੇ ਹਾਂ ਜਲਦੀ ਕੋਈ ਹੱਲ ਹੋਏਗਾ। ਬਹੁਤ ਬਹੁਤ ਧੰਨਵਾਦ।